ਭਾਂਡੇ ਮਾਂਜਦੀਆਂ? ਉਹ ਮੈਂ ਮਾੜਾ ਖੇਤ ਜਾਇਆ ਮੈਂ, ਤੂੰ ਕਰਦੀ ਕਪੀਣਾ ਤੇਰੇ ਹੱਥ ਨੇ। ਖੇਤ ਜਾਂਦੇ ਤੂੰ ਕੋਈ ਦਸ ਸਬਜ਼ੀ ਲਿਆ ਦਿਓ। ਝੋਲਾ ਦੱਸ ਕਿੱਥੇ ਪਿਆ, ਮੈਂ ਲੈ ਕੇ ਜਾਵਾਂ। ਝੋਲਾ ਉਹ ਕਿੱਲੇ ਟੰਗਾ ਪਿਆ ਹੈਗਾ, ਉਹ ਲੈ ਜਾਓ। ਹੈਲੋ, ਹਾਂਜੀ ਹਾਂਜੀ, ਉਹ ਤੁਹਾਡਾ ਤੀਵੀਆਂ ਦਾ ਇਹੀ ਪੰਗਾ ਹੁੰਦਾ, ਤੁਹਾਡੇ ਗੱਲ ਨਹੀਂ ਬਚਦੀ, ਤੁਹਾਨੂੰ ਚੁਗਲੀ ਦੀ ਆਦਤ ਹੁੰਦੀ ਹੈ, ਉਹ ਤੁਹਾਡੀਆਂ ਤੀਵੀਆਂ ਦੇ ਇਹੀ ਮਾੜੀਆਂ ਗੱਲਾਂ ਹੁੰਦੀਆਂ ਨੇ, ਤੁਹਾਡੇ ਗੱਲ ਨਹੀਂ ਬਚਦੀ। ਆਹੋ ਉਹ ਹੋਣਾ ਕਿਤੇ ਪਈ, ਇਹਨਾਂ ਤੀਵੀਆਂ ਦੇ ਗੱਲ ਨਹੀਂ ਬਚਦੀ ਹੁੰਦੀ, ਸਬਜ਼ੀ ਲੈਣ ਆਇਆ। ਸਬਜ਼ੀ ਸੁਬਜ਼ੀ ਤਾਂ ਭਾਈ ਹੁਣ ਬੀਜੀ, ਇੱਥੋਂ ਆ ਤਰਬੂਜ ਖੜਿਆ, ਕੋਈ ਤਰਬੂਜ ਲੈ ਲੈ ਤੂੰ। ਸਾਰੇ ਕਿਤੇ ਹੀ ਹਾਲ ਇਹਨਾਂ ਦਾ, ਇਹਦਾ ਵੀ ਸਾਡੇ ਦਾ ਬਚਤ ਹੈ, ਕੰਮ ਦੀ ਦਾ ਫਿਰ ਕਾਹਨੂੰ ਬਚਤ ਹੈ, ਸਾਰੇ ਕਿਤੇ ਇਹੀ ਹੈ। ਮੈਂ ਵੀ ਦੇਖ ਰਿਹਾ ਯਾਰ ਪਰਤੇ ਆ ਕੇ ਫਿਰ। ਚੁਗਲੀ ਆ, ਮੈਂ ਵੀ ਨੀ ਕਿਤੇ ਪਰਖੀਆਂ ਯਾਰ, ਮੈਂ ਨਾ ਕਰਕੇ ਦੇਖਾਂ ਚ ਮਾੜਾ ਮਜ਼ਾਕ ਜਾ, ਨਾ ਮੈਨੂੰ ਪਤਾ ਲੱਗ ਜੂ ਵੀ ਚੁਗਲੀਆਂ ਕਰਦੀ ਨੇ ਕਿ ਨਾ। ਚੱਲ ਵੀ ਭੋਲਿਆ ਫਿਰ ਅੱਜ ਦੇਖ ਲਓ, ਮੇਰਾ ਵਹਿਮ ਦੂਰ ਹੋ ਜਾਣਾ ਤਾਂ ਮੈਂ ਤੀਰੇ ਤੋਂ ਲੈਂਦੇ ਹਾਂ ਕੰਮ, ਦੇਖਦੇ ਹਾਂ ਜਾ ਕੇ ਅੱਜ। ਆ ਕੀ ਹੈਗਾ ਜੀ, ਵਾਹਦਾ ਖੜ ਜਾ ਇੱਕ ਮਿੰਟ, ਇਹ ਲਿਆ ਮੈਂ ਬੰਦੇ ਦਾ ਸਿਰ ਵੱਢ ਕੇ, ਗਾਹਾਂ ਗੱਲ ਨੀ ਕਰਨੀ ਤੇ ਮੇਰੇ ਸਾਹ। ਹਾਂ ਰਾਤ ਨੂੰ ਆਪਾਂ ਦੱਬ ਕੇ ਆਵਾਂਗੇ ਇਹਨੂੰ ਅੰਦਰ ਭਾਵੇਂ ਦੇ ਜਾ ਕੇ। ਕੀ ਹੋਇਆ ਇਹ, ਕੀ ਲਿਆਂਦਾ? ਮੈਂ ਸਬਜ਼ੀ ਲੈਣ ਭੇਜਿਆ ਸੀ, ਕੀ ਲੈ ਆਈ? ਕੀ
ਸਾਡੇ ਘਰ ਵੱਡਿਆ ਹੋਊਗਾ ਹਾਈ ਡਰ ਲੱਗਦਾ ਕਿਸੇ ਨੂੰ ਦੱਸਣਾ ਪੈਣਾ ਹੈਗਾ ਪੁੱਛ ਕੇ ਆਉਂਦੀ ਹਾਂ ਮੈਂ ਅੰਮਾ ਨੂੰ ਆਸ਼ੂ ਦਾ ਡੈਡੀ ਗਿਆ ਸੀ ਖੇਤ ਅੱਜ ਸਬਜ਼ੀ ਲੈਣ ਕਿਹਦਾ ਗਲ ਵੱਢ ਲਿਆ ਹਾਏ ਹਾਏ ਗਾਹਾਂ ਗੱਲ ਨਾ ਕਰੀ ਨਾ ਨਾ ਵੀਰ ਮੈਂ ਉਹਨੇ ਤਾਂ ਅੰਦਰ ਰੱਖ ਤਾ ਕਹਿੰਦਾ ਰਾਤ ਨੂੰ ਦੱਬ ਕੇ ਆਵਾਂਗੇ ਮੈਂ ਮਰ ਜਾ ਬੜੀ ਮਾੜੀ ਗੱਲ ਕਰੀ ਉਹ ਕਹਿੰਦੀ ਸੀ ਵੀਰ ਤੈਨੂੰ ਗੱਲ ਦੱਸਾਂ ਕਹਿੰਦੇ ਰਾਤ ਭੋਲਾ ਕਿਸੇ ਬੰਦੇ ਦਾ ਗਲ ਵੱਢ ਲਿਆ ਆ ਹਾਂ ਕਹਿੰਦੇ ਰਾਤ ਨੂੰ ਦੱਬ ਕੇ ਆਊਗਾ ਚੱਲ ਕੱਖ ਪਾ ਛੱਡ ਆਪਾਂ ਘਰ ਨੂੰ ਚੱਲੀਏ ਚੱਲ ਬਾਹਰ ਨਾ ਨਿਕਲੀ ਆਹੋ ਜਾਣਾ ਨੀ ਕਿਤੇ ਹਾਂ ਪ੍ਰਤਾਪ ਮਤਲਬ ਕੋਈ ਸਾਰੇ ਪਿੰਡ ਦਾ ਠੇਕਾ ਲਿਆ ਤੂੰ ਚੱਜ ਦਾ ਦੇ ਦੇ ਸਾਰੇ ਵਿਹੜੇ ਚ ਇੱਕ ਬਲਮ ਬਹੁਤਾ ਸਾਰੇ ਘਰ ਤੇ ਅੱਛਾ ਕਿੰਨੇ ਹੈਗਾ 800 ਗੱਲ ਵੱਢ ਲਿਆ ਕਿਸੇ ਦਾ ਹੋਰ ਕਦੋਂ ਦੀ ਗੱਲ ਹੈ ਕੱਲ ਪਰਸੋਂ ਦੀ ਗੱਲ ਹੈ ਅੱਛਾ ਗੱਲ ਵੱਢ ਲਿਆ ਕਿਸੇ ਦਾ ਉਹ ਠੀਕ ਹੈ ਅੱਗੇ ਨਾ ਕਰੀ ਗੱਲ ਚੰਗਾ ਨਾ ਇਹੋ ਜਿਹਾ ਕੰਮ ਆਪਾਂ ਥੋੜੀ ਠੀਕ ਹੈ ਚੰਗਾ ਓਕੇ ਫਿਰ ਠੀਕ ਹੈ ਓਕੇ ਇਹ ਨਾ ਕਰੀ ਨਾ ਗੱਲ ਵਾਲੀਆਂ ਝੇਡਾਂ ਜਿਹੀਆਂ ਕਰਦਾ ਸੀ ਹੁਣ ਕਰਦਾ ਮੈਂ ਪੁਲਿਸ ਨੂੰ ਫੋਨ ਹੁਣ ਆਇਆ ਡੇਕੇ ਚ ਆਪਣੇ ਹੈਲੋ ਹਾਂਜੀ ਜਨਾਬ ਕੀ ਹਾਲ ਨੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਅਰੇ ਉਹ ਤੋਂ ਬੋਲਦਾ ਜੀ ਪ੍ਰਤਾਪ ਹਾਂਜੀ ਤੁਹਾਨੂੰ ਪਤਾ ਨੀ ਸਾਡੇ ਪਿੰਡ ਚ ਇੱਕ ਬਾਕਾ ਹੋ ਗਿਆ ਅੱਛਾ ਜੀ ਭੋਲਾ ਨੀ ਉਹ ਹਾਂ ਉਹ ਗਲ ਵੱਢ ਲਿਆ ਉਹ ਕਿਸੇ ਦਾ ਹਾਂ ਕਰੋ ਚਾਹ ਪਾਣੀ ਉਹਦਾ ਮੁੱਛ ਕੇ ਧਰ ਦਿਓ ਸਮਾਨ ਕੇ ਝੇਡਾਂ ਜੀਆਂ ਕਰਦਾ ਸੀ ਉਹ ਠੀਕ ਹੈ ਹਾਂ ਇੱਕ ਪਾਸਾ ਕਰਕੇ ਆਏ ਹੁਣ ਆ ਜੀ ਚੱਲ ਕੋਈ ਨਾ ਅਸੀਂ ਰਸਤੇ 'ਚ ਹੀ ਆਉਂਦੇ ਹਾਂ ਫਿਰ ਤੇਰੇ ਵੱਲ ਹਾਂਜੀ ਹਾਂ ਉਹ ਚੱਲ ਛੇਤੀ ਤੋਰ ਭਾਈ ਖਾਈ ਠੀਕ ਹੈ ਠੀਕ ਹੈ ਜਨਾਬ ਹੁਣ ਹੀ ਦੱਬਦੇ ਆਪਾਂ ਗੱਡੀ ਜਨਾਬ ਪਿੰਡ ਤਾਂ ਆ ਗਿਆ ਜੀ ਹਰਿਆਉ
ਜਨਾਬ ਹਾਓ ਰਿਹਾ ਜੀ ਇੱਕ ਬੰਦਾ ਹਾਓ ਗੱਡੀ ਲੈ ਫਿਰਦਾ ਉਹਨੂੰ ਬੋਲ ਮਾਰ ਕਾਕੇ ਉਹ ਕਾਕੇ ਇੱਥੇ ਆ ਮਾੜਾ ਜਾ ਪਿੰਡ ਚ ਇਹਦੇ ਚ ਵਾਰਦਾਤਾਂ ਹੀ ਬਹੁਤ ਹੁੰਦੀਆਂ ਨੇ ਜੀ ਭੋਲਾ ਸਿੰਘ ਸਨੋਫ ਗੁਰਦੇਵ ਸਿੰਘ ਭੋਲਾ ਸਿੰਘ ਆ ਕੋਈ ਸਨੋਫ ਗੁਰਦੇਵ ਸਿੰਘ ਉਹਨਾਂ ਦਾ ਘਰ ਜੀ ਜਿਹੜਾ ਮੰਦਿਰ ਲਵੇ ਗੁਰੂ ਘਰ ਹੈ ਅੱਛਾ ਇੱਥੋਂ ਆਏ ਮੁੜ ਕੇ ਹਾਂ ਜੀ ਹਾਂ ਚੌਂਕ ਚ ਠੀਕ ਹੈ ਜੀ ਉਹ ਤੋਂ ਸਾਹਮਣੇ ਗਲੀ ਜਾਂਦੀ ਹੈ ਜਿਹੜੀ ਉਹਦੇ ਨਾਲ ਹੀ ਹੈ ਜੀ ਉੱਥੇ ਘਰ ਉਹਨਾਂ ਦੋ ਘਰ ਛੱਡ ਕੇ ਤੀਜਾ ਘਰ ਇੱਧਰਲੀ ਸਾਈਡ ਠੀਕ ਹੈ ਉਹਦੇ ਸਾਹਮਣੇ ਹੀ ਮਤਲਬ ਹਾਂ ਜੀ ਠੀਕ ਆ ਬਈ ਕਾਕਾ ਕੌਣ ਹੈ ਭਾਈ ਪੰਜਾਬ ਪੁਲਿਸ ਆਈ ਹੈ ਕਾਕੇ ਅੱਛਾ ਘਰ ਘੁਰ ਪੁੱਛਦੇ ਆਉਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕਿਹਦੇ ਘਰ ਪੁੱਛਣਾ ਸੀਗਾ ਜੀ ਭੋਲਾ ਭੋਲਾ ਕਿੱਥੇ ਹੈਗਾ ਹਾਂਜੀ ਮੈਂ ਹੀ ਹਾਂ ਭੋਲਾ ਜੀ ਅੱਛਾ ਤੂੰ ਆ ਭੋਲਾ ਹਾਂਜੀ ਹਾਂਜੀ ਚੱਲ ਕਰੀਏ ਤੈਨੂੰ ਭੋਲਾ ਕੀ ਗੱਲ ਹੋਗੀ ਜੀ ਸਰੀਰ ਪੋਟ ਰਹੀ ਤੂੰ ਬੰਦੇ ਦਾ ਸਿਰ ਵੱਢ ਕੇ ਰੱਖ ਰੱਖਿਆ ਮੈਂ ਤਾਂ ਕੁੱਤੇ ਡੰਡਾ ਨੀ ਮਾਰਦਾ ਜੀ ਸਿਰ ਕਿੱਥੇ ਵੱਢੂਗਾ ਜੀ ਮੈਂ ਝੋਲੇ ਚ ਪਾ ਕੇ ਟੰਗ ਰੱਖਿਆ ਤੂੰ ਇਹ ਵੀ ਪਤਾ ਲੱਗਿਆ ਘਰੇ ਕਹਿੰਦੇ ਝੋਲੇ ਚ ਪਾ ਕੇ ਸਿਰ ਟੰਗ ਰੱਖਿਆ ਤੂੰ ਬੰਦਾ ਬਣ ਕੇ ਦੱਸ ਦੇ ਪੁੱਤ ਮੈਂ ਤਾਂ ਲੱਕਣਾ ਆਉਣਾ ਇਹਨਾਂ ਤੂੰ ਬਸ ਚੀਜ਼ ਦੀ ਹੈ ਅੱਛਾ ਜੀ ਹਾਂ ਮਿੰਟ ਤੁਸੀਂ ਬੈਠੋ ਤਾਂ ਸੀ ਮੈਂ ਕਰਨਾ ਗੱਲ ਜੀ ਕੋਈ ਗੱਲ ਨੀ ਬੈਠਾਂਗੇ ਬੈਠੋ ਮੈਂ ਪਾਣੀ ਪੂਣੀ ਲਿਆਵਾਂ ਜੀ ਤੁਹਾਨੂੰ ਕੋਈ ਗੱਲ ਨੀ ਪਾਣੀ ਵੀ ਪੀਵਾਂਗੇ ਚਾਹ ਵੀ ਪੀਵਾਂਗੇ ਹਾਂਜੀ ਤੂੰ ਕਹਿੰਦੇ ਬੈਠੇ ਤੂੰ ਗੱਲ ਦੱਸ ਮੈਂ ਦੱਸਦਾ ਸਰ ਬਹਿ ਕੇ ਦੱਸੋ ਜੀ ਜਨਾਬ ਜੀ ਨਹੀਂ ਮੰਨਦਾ ਥਰਡ ਡਿਗਰੀ ਦੇਖ ਲੈਂਦੇ ਆ ਉਹ ਨਹੀਂ ਨਹੀਂ ਜੀ ਖਰਜਾ ਸਾਰਾ ਕੁਝ ਮੰਨੂ ਇਹਦਾ ਉਹ ਕਿੱਥੇ ਆ ਤੂੰ ਜਨਾਬ ਆ ਹੁਣ ਤਾਂ ਤੇਰਾ ਟੱਟ ਹਟ ਗਿਆ ਉਹ ਬੈਠ ਲੈ ਓਏ ਹਾਂਜੀ ਹੁਣ ਦੱਸ ਕੀ ਗੱਲ ਹੋਈ ਦੀ ਰਿਪੋਰਟ ਆਈ ਤੂੰ ਸਿਰ ਵੱਢ ਕੇ ਰੱਖ ਦਿਖਾ ਦਿੰਦਾ ਮੇਰਾ ਤਾਂ ਗਰੀਬ ਬੰਦਾ ਜੀ ਮੈਂ ਤਾਂ ਡੰਡਾ ਕੁੱਤੇ ਦੇ ਨੀ ਮਾਰਿਆ ਜੀ ਜਨਾਬ ਆਪਣੇ ਤਾਂ ਦਾ ਸਬੂਤ ਵੀ ਹੈਗਾ ਉਹ ਵੀ ਇਹਨਾਂ ਦੇ ਘਰ ਚ ਸਾਡੇ ਲਈ ਸਬੂਤ ਸਾਰਾ ਕੁਝ ਆ ਫਾਈਲ ਤਿਆਰ ਕਰੀ ਫਿਰਦਾ ਸੀ ਤੇਰੇ ਕੇਸ ਦੀ ਨਾ ਜੀ ਇਹ ਠੰਡੀ ਜਗ੍ਹਾ ਰੱਖਿਓ ਜੀ ਇਹ ਆ ਦੇਖੋ ਜੀ ਇਹ ਤਾਂ ਮਤੀਰੇ ਦਾ ਮਜ਼ਾਕ ਹੈ ਜੀ ਇਹ ਤਾਂ ਸਿਰ ਹੈ ਬੰਦੇ ਦਾ ਤਾਂ ਸਿਰ ਆਈ ਆ ਨਾ ਜੀ ਮਤੀਰੇ ਜਨਾਬ ਇਹ ਤਾਂ ਬੰਦੇ ਦਾ ਸਿਰ ਹੈ ਹੁਣ ਤਾਂ ਬੰਦੇ ਦਾ ਸਿਰ ਹੈ ਇਹ ਤਰਬੂਜ ਨਹੀਂ ਬਣ ਸਕਦਾ ਜੀ ਹੁਣ ਦੁਬਾਰੇ ਐ ਬਣ ਗਿਆ ਤਰਬੂਜ ਇਹ ਬਣਾ ਦੋ ਜੀ ਤਰਬੂਜ ਹਾਂ ਜੀ ਤਰਬੂਜ ਤਾਂ ਬਣ ਜੂ ਫਿਰ ਬਣਾਓ ਤਰਬੂਜ ਬਣਾਓ ਜੀ ਇਹਨੂੰ ਕਿਉਂ ਬਾਈ ਬਣਾ ਦਈਏ ਤਰਬੂਜ ਫਿਰ ਦੇਖ ਬਾਈ ਕਾਕਾ ਬਣਾਈਏ ਤਰਬੂਜ ਤਰਬੂਜ ਬਣਾਓ ਜੀ ਮੈਂ ਤਾਂ ਪੰਗਾ ਲੈ ਲਿਆ ਸਿਰ ਕਹਿ ਕੇ ਜੀ 5000 ਦਾ ਦੇਖੋ ਤਰਬੂਜ ਦਾ ਬਣ ਜਾਊਗਾ ਹੁਣ ਤਾਂ ਤੇਰਾ ਢਿੱਡ ਹਟ ਗਿਆ ਹੋਊ ਖੜੀ ਤਮਾਸਾ ਦੇਖੀ ਨਾ 5000 ਲਿਆ ਦੇ ਮੇਰੀ ਜਾਨ ਛੜਾ ਦੇ ਮੈਂ ਇਦੋਂ ਮੁੜ ਕੇ ਨੀ ਕਰਦਾ ਮਜ਼ਾਕ ਕਹਿੰਦੀ ਮੈਨੂੰ ਚੁਗਲੀ ਦੀ ਆਦਤ ਨੀ ਬਸ ਬਣ ਗਿਆ ਇਹ ਤਰਬੂਜ ਹੁਣ ਖਾ ਸਕਦੇ ਜੀ ਨਾ ਨਾ ਉਹ ਯਾਰ ਅਸੀਂ ਸਬੂਤ ਲੈ ਕੇ ਜਾਣਾ ਉੱਥੇ ਨਾਲ ਆਏ ਹੁਣ ਕੀ ਕਰੋਗੇ ਸਬੂਤ ਦਾ ਜੀ ਉਹ ਥਾਣੇ ਜੀ ਤਾਂ ਸਾਨੂੰ ਦਿਖਾਉਣਾ ਪਊਗਾ ਦਿਖਾਉਣਾ ਪਊਗਾ ਸਬੂਤ ਸਾਨੂੰ ਝੋਲੇ ਚ ਪਾ ਦੋ ਅਸੀਂ ਨਾਲ ਲੈ ਕੇ ਜਾਵਾਂਗੇ ਤਾਂ ਇਹ ਤਾਂ ਮੇਰੇ ਤਾਂ ਤਰਬੂਜ ਵੀ ਵੱਗ ਗਿਆ ਜੀ ਚੱਲ ਚੱਕ ਓਏ ਲੈ ਕੇ ਜਾਓ ਜੀ ਲਿਆਓ ਅੱਜ ਆ ਸੰਗੀ ਆ ਕਰ ਦਿਓ ਜੀ ਮੈਨੂੰ ਨੌ ਕਰ ਦਿਓ ਕੋਈ ਚੱਕਰ ਨਹੀਂ ਮਹਾ ਓਏ ਛੋਡੂ ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਸਰਦਾਰਾਂ